ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਜੀ ਉਹਨਾਂ ਵੀਰਾਂ ਵਾਸਤੇ ਆ ਜਿਹੜੇ ਪੈਲੀ ਖਰੀਦਣ ਦੇ ਚਾਹਵਾਨ ਨੇ, ਜ਼ਮੀਨ ਖਰੀਦਣ ਦੇ, ਵਧੀਆ ਉਪਜਾਊ ਜ਼ਮੀਨ ਖਰੀਦਣ ਦੇ। ਤੇ ਇੱਥੇ 19 ਕਿੱਲੇ ਜ਼ਮੀਨ ਦੇ ਨੇ ਮੋਗੇ ਦੇ ਵਿੱਚ, ਤੇ ਕਿੰਨੀਆਂ ਮੋਟਰਾਂ ਤੇ ਕਿਵੇਂ ਦੀ ਪੈਲੀ ਆ ਆਪਾਂ ਵੀਰ ਪਾਸੋਂ ਜਾਣਨ ਦਾ ਯਤਨ ਕਰਦੇ ਆ। ਉਹਨਾਂ ਨੂੰ ਜ਼ਿਆਦਾ ਪਤਾ ਹਨਾ, ਤੁਹਾਡੇ ਕੋਲ ਠੇਕੇ ਤੇ ਆ? ਆਜੋ ਆਜੋ ਆਜੋ, ਤੁਹਾਡੇ ਕੋਲ ਠੇਕੇ ਤੇ ਆ। ਕਿੰਨੇ ਕਿੰਨੀ ਪੈਲੀ ਆ ਜਿਹੜੀ ਵਿਕਾਊ ਆ? 19 ਕਿੱਲੇ 5 ਕਨਾਲਾਂ ਆ ਜੀ। 19 ਕਿੱਲੇ ਤੇ 5 ਕਨਾਲਾਂ ਤੇ ਕਿੰਨੀਆਂ ਮੋਟਰਾਂ ਲੱਗੀਆਂ? 2 ਮੋਟਰਾਂ ਲੱਗੀਆਂ। 19 ਕਿੱਲਿਆਂ ਦੇ ਵਿੱਚ 2 ਮੋਟਰਾਂ ਪਾਲਦੀਆਂ ਵਾ? ਪਾਲਦੀਆਂ, ਥੋੜੀ ਔੜ ਵੱਧ ਕਰਕੇ ਉਹਦੇ ਪਾਲੀ ਦਿੰਦੀਆਂ ਤਾਂ। ਅੱਛਾ, ਥੋੜੇ ਕਿੰਨੇ ਕਿੰਨੇ ਦੀਆਂ ਵੀ ਦੱਸ। ਮੋਟਰ ਕਿੰਨੇ ਕਿੰਨੇ ਦੀ ਲੱਗੀ ਆ? ਇੱਕ 20 ਦੀ, ਇੱਕ 17.5 ਦੀ। ਅੱਛਾ, ਤੇ ਇਹਦੇ ਜਿਹੜਾ ਆਪਣਾ ਜਿਹੜੀ ਜ਼ਮੀਨ ਵੇਚ ਰਹੇ ਆ, ਕਿੰਨਾ ਕਿੰਨੇ ਪੈਸੇ ਮੰਗਦੇ ਪਰ? ਉਹਨਾਂ ਦਾ ਜੀ ਪੱਕਾ ਪਤਾ ਹੀ, ਉਦੋਂ ਕੀ ਰੱਖਦੇ ਆ। ਚਲੋ ਮੌਕੇ ਤੇ ਹੋ ਜਾਂਦਾ ਹੁੰਦਾ ਵਾ ਮੰਗਣ ਨੂੰ, ਤੇ ਅਗਲਾ 20 ਮੰਗ ਲਏ, 21 ਮੰਗ ਲਏ, 22 ਮੰਗ ਲਏ, ਉਹਦੇ ਮੌਕੇ ਤੇ ਜਿਹੜਾ ਵਾ ਉਹ ਸੌਦਾ ਘੱਟ ਵੱਧ ਹੋ ਜਾਂਦਾ ਹੁੰਦਾ। ਇਹ ਉਹਨਾਂ ਦੇ ਨਾਮ ਕੇ ਜਾਂ ਨਾਲ ਹੋਰ ਬੰਬੀ ਵਾਲਾ ਭਾਈ ਵਾਲਿਆਂ ਨੇ ਕੱਲਿਆਂ ਦੀ ਕੱਲਿਆਂ ਦੇ ਟ੍ਰਾਂਸਫਾਰਮਰ ਵੀ ਕੱਲਿਆਂ ਦੀ ਟ੍ਰਾਂਸਫਾਰਮਰ ਕਰ ਦੋਨੇ ਮੋਟਰ ਦਾ ਵਿੱਚ ਕੋਈ ਭਾਈ ਵਾਲ ਨਹੀਂ ਕਰਦਾ। ਇਹ 21 ਦੇ ਮਾਲਕ ਦੀ ਸਾਰਾ 21 ਦੀ। ਠੀਕ ਆ, ਜੇ ਕਿਸੇ ਨੇ ਵੀ ਜ਼ਮੀਨ ਦੇ ਨਾਂ ਜਾਂ ਮੇਰਾ ਜ਼ਮੀਨ ਹਾਂ ਉਹ ਲਵੇ, ਉਹਨੇ ਮੁੰਡੇ ਦੇ ਨਾਂ ਸੀ ਕਿਤੇ ਚਾਹਤੇ ਡਾਕਟਰ ਦੇ ਨਾਂ ਦੀ ਇੱਕ। ਕੋਈ ਵੀ ਜ਼ਮੀਨ ਖਰੀਦਣ ਦਾ ਚਾਹਵਾਨ ਹੋਵੇ ਤੇ ਅਸੀਂ ਸਕਰੀਨ ਦੇ ਥੱਲੇ ਆਪਣਾ ਜਿਹੜਾ ਨੰਬਰ ਆ ਉਹ ਦੇ ਦਿਆਂਗੇ, ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਕੋਈ ਵੀ ਜ਼ਮੀਨ ਖਰੀਦਣ ਦਾ ਚਾਹਵਾਨ ਹੋਵੇ। ਬਾਕੀ ਤੁਹਾਨੂੰ ਦਿਖਾ ਦਿੰਦੇ, ਮੈਂ ਕੈਮਰਾਮੈਨ ਨੂੰ ਕਹਾਂਗੇ ਝੋਨੇ ਵਾਲੇ ਜਿਹੜਾ ਵਾ ਕੈਮਰਾ ਮਾਰ ਦੇਵੇ। ਵਧੀਆ ਝੋਨੇ ਨੇ, ਬਹੁਤ ਵਧੀਆ ਹਰਿਆਲੀ ਦੇ ਵਿੱਚ ਨੇ, ਤੇ ਬੜੇ ਵਧੀਆ ਤਰੀਕੇ ਦੇ ਨਾਲ ਝੋਨਾ ਲਾਇਆ ਹੋਇਆ, ਤੇ ਚੰਗੀ ਉਪਜਾਊ ਜ਼ਮੀਨ ਆ ਜਿਹਨੂੰ ਆਪਾਂ ਕਹਿ ਸਕਦੇ ਹਾਂ, ਚੰਗੀ ਉਪਜਾਊ ਜ਼ਮੀਨ ਆ ਜਿਹੜੀ ਇਹ ਜ਼ਮੀਨ ਇੱਥੇ ਵਿਕਾਊ, ਤੇ ਸੜਕ ਦੇ ਨਾਲ ਬਿਲਕੁਲ ਲੱਗਦੀ ਆ। ਨਾਲ ਇਹ ਵੀ ਗੱਲ ਕਰ ਦੱਸ ਦੇਈਏ ਆਪਣੇ ਸਰੋਤਿਆਂ ਨੂੰ ਵੀ ਸੜਕ ਲੱਗਦੀ ਹੋਈ ਆ 6 ਕਿਲੋ। ਹਾਂਜੀ, ਇੱਥੋਂ 6 ਕਿਲੋਮੀਟਰ ਸਾਨੂੰ ਮੌਕਾ। ਹਾਂਜੀ, ਹਾਈਵੇ ਜਿਹੜਾ ਵਾ ਉਹ ਤੇ ਮੇਰੇ ਹਿਸਾਬ ਨਾਲ ਇੱਥੋਂ 6 ਕਿਲੋਮੀਟਰ ਵੀ ਨਾ ਘੱਟ ਹੋਣਾ। ਇੰਨਾ ਕੀ ਹਾਈਵੇ ਜਿਹੜਾ ਵਾ ਮੁਕਤਸਰ ਵੱਡਾ ਰੋਡ ਜਿਹੜਾ ਮੁਕਤਸਰ ਤੇ ਲੁਧਿਆਣਾ ਜੀ, ਇਹ ਲੁਧਿਆਣੇ ਵਾਲਾ ਰੋਡ ਜਿਹੜਾ ਉਹ ਜਿਹੜਾ ਮੁਕਤਸਰ ਲੁਧਿਆਣਾ ਜਾਂਦਾ ਜੀ, ਇਹ ਜਾਂਦਾ ਵਾ ਇੱਧਰ ਨੂੰ ਬਰਨਾਲਾ, ਬਰਨਾਲੇ ਰੋਡ ਨੂੰ, ਬਰਨਾਲੇ ਨੂੰ ਉਹ 6 ਕਿਲੋਮੀਟਰ ਆ, ਤੇ ਮੋਗਾ ਇੱਥੋਂ ਹੈਗਾ ਵਾ ਬਾਈਪਾਸ ਵੀ 6 ਕਿਲੋਮੀਟਰ ਹੀ, 6 ਕਿਲੋਮੀਟਰ ਹੀ ਬਾਈਪਾਸ ਆ। ਮੋਗਾ ਇੱਥੋਂ ਤਕਰੀਬਨ 8 ਕਿ ਕਿਲੋਮੀਟਰ ਹੋਣਾ, 8-9 ਕਿਲੋਮੀਟਰ ਇੱਥੋਂ ਤਾਂ ਘੱਟ ਹੀ ਘੱਟ ਹੀ ਆ ਇੱਥੋਂ। ਤੇ ਇੱਥੇ ਜਿਹੜਾ ਲਿੰਕ ਰੋਡ ਲੱਗਦਾ ਜ਼ਮੀਨ ਨੂੰ, ਬਿਲਕੁਲ ਸੜਕ ਜਿਹੜੀ ਛੋਟੀ ਸੜਕ ਲੱਗਦੀ ਆ, ਤੇ ਕੋਈ ਵੀ ਖਰੀਦ ਜ਼ਮੀਨ ਖਰੀਦਣ ਦਾ ਚਾਹਵਾਨ ਹੋਵੇ ਤੇ ਅਸੀਂ ਸਕਰੀਨ ਥੱਲੇ ਨੰਬਰ ਦੇ ਦਿੱਤਾ ਵਾ, ਉਹ ਤੁਸੀਂ ਪੜ੍ਹ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਇੱਕ ਮਿੰਟ, ਇਹੋ ਜਿਹੜਾ ਫੋਨ ਹੈ, ਸਾਰੇ ਆ ਮੂਵੀ ਟ੍ਰਾਂਪਾਨ ਸਾਰੇ ਦੂਰ ਤੱਕ ਸਾਰੀ ਪੈਲੀ ਦਾ ਇੱਧਰ ਵੀ ਆਪਣਾ ਸਾਰਾ, ਇਹ ਜ਼ਮੀਨ ਦੀ ਫਸਲ ਵੀ ਬਹੁਤ ਵਧੀਆ ਵਾ, ਇਹ ਜੋ 14 ਝੋਨਾ ਲੱਗਾ ਆਇਆ ਵਾ ਇਹ ਵੇਖੋ ਜੀ, ਜੇ ਉੱਧਰ ਸਾਡੇ ਤੇ ਅਸੀਂ ਬਹੁਤ ਗੇਤਾ ਲਾਉਣੇ ਫੇਰਿਆ, ਤੇ ਇਹ ਵੀਰ ਹੁਣੀ ਆਉਂਦੇ ਪਏ ਜੇ ਥੋੜਾ ਜਿਹਾ ਇਸ 10 ਤਰੀਕ ਨੂੰ ਲੱਗਾ ਸੀ, ਤੇ ਵੇਖ ਲਓ ਕਿੱਡਾ ਸੋਹਣਾ ਝੋਨਾ ਵਾ। ਮੈਨੂੰ ਤੇ ਜਾਪਦਾ ਵੀ ਸਾਡੇ ਨਾਲੋਂ ਉੱਧਰ ਨਾਲੋਂ ਇਹ ਜ਼ਮੀਨ ਬਹੁਤ ਵਧੀਆ ਵਾ, ਠੀਕ ਆ। ਫਿਰ ਸੜਕ ਬਹੁਤ ਵਧੀਆ ਆਉਂਦੀ ਆ, ਸੜਕ ਵੀ ਜਿਹੜੀ ਹੈ ਇੱਕ ਆਮ ਪਿੰਡਾਂ ਨੂੰ ਜਿਹੜੀ 10 ਫੁੱਟ ਹੁੰਦੀ ਹੈ, ਸੜਕ ਵੀ 18 ਫੁੱਟ ਹੈ ਜੀ, ਬਹੁਤ ਵਧੀਆ ਟਰਾਲਾ ਟਰੂਲਾ ਇੱਥੋਂ ਜੋ ਵੀ ਲੱਦ ਕੇ ਆਪਾਂ ਜਿਣਸ ਜਿਹੜੀ ਵੀ ਖਾਣੀ ਹੋਵੇ ਵਗੈਰਾ ਟਰਾਲਾ ਵੀ ਲੱਦ ਕੇ ਖੜ ਸਕਦੇ ਹਾਂ, ਗੰਨਿਆਂ ਦਾ ਟਰਾਲਾ ਵੀ ਜੇ ਇੱਥੋਂ ਖੜਨਾ ਹੋਵੇ ਆਪਾਂ ਖੜ ਸਕਦੇ ਹਾਂ। ਬਾਕੀ ਫਸਲ ਹਰ ਇੱਕ ਹੁੰਦੀ ਆ ਜਿਹਦੇ 'ਚ, ਬੋਰ ਵੀਰ ਜੀ ਹੁਣਾਂ ਨਾਲ ਗੱਲਬਾਤ ਕੀਤੀ ਆ, ਉਹ ਕਹਿੰਦੇ ਵੀ ਬੋਰ ਜਿਹੜਾ ਇੱਥੇ 250 ਫੁੱਟ 'ਤੇ ਵਧੀਆ ਪਾਣੀ ਆ ਜਾਂਦਾ ਜੀ, ਸਾਡੇ ਅੰਮ੍ਰਿਤਸਰ ਤਰਨ ਤਾਰਨ 'ਚ ਵੀ ਇੱਦਾਂ ਹੀ ਆ ਜੀ, ਵਧੀਆ ਪਾਣੀ ਉੱਥੇ ਆ ਜਾਂਦਾ ਵਾ। ਬਾਕੀ ਅਗਲੇ ਦੀ ਮਰਜ਼ੀ ਆ, ਹੁਣ 500 ਫੁੱਟ ਵੀ ਇੱਥੇ ਬੋਰ ਕਰਾਇਆ ਵਾ, 250 ਫੁੱਟ 'ਚ ਵੀ ਮੈਂ ਪਾਣੀ ਚੈੱਕ ਕੀਤਾ ਵਾ ਜੀ, ਕੋਈ ਕਲਰ ਵਾਲਾ ਪਾਣੀ ਨਹੀਂ ਗਾ, ਕੋਈ ਮਾੜਾ ਪਾਣੀ ਨਹੀਂ ਗਾ ਜੀ, ਬਹੁਤ ਵਧੀਆ ਪਾਣੀ ਆ ਵੇਖਿਆ ਵਾ। ਬਾਕੀ ਇਹ ਆ ਵੀ ਲਾਗੇ ਹੱਦ ਹੁੱਦ ਨਹੀਂ ਪੈਂਦੀ, ਹੱਦ ਦਾ ਇਹ ਘਾਟਾ ਹੁੰਦਾ ਜੀ, ਗੋਹਾਂ ਹੁੰਦੀਆਂ ਵਾ, ਲਾਗੇ ਚੂਹਾ ਬਹੁਤ ਆਉਂਦਾ ਵਾ, ਇਹਨਾਂ ਮੈਂ ਸਾਰਾ ਘੇਰਾ ਘੇਰਾ ਵੇਖਿਆ ਜੀ, ਇੱਥੇ ਕੋਈ ਚੂਹੇ ਵਾਲੀ, ਕੋਈ ਇਹੋ ਜਿਹੀ ਗੋਹ ਵਾਲੀ, ਕੋਈ ਹੋਰ ਖਤਰਨਾਕ ਜ਼ਹਿਰੀਲੀ ਸ਼ਾਇਦ ਆ, ਕੋਈ ਇੱਥੇ ਖਤਰਾ ਨਹੀਂ ਗਾ ਜੀ, ਬਹੁਤ ਸੇਫਟੀ ਵਾਲੀ ਅਤੇ ਵਧੀਆ ਜ਼ਮੀਨ ਆ ਜੀ। ਕਈ ਵਾਰੀ ਹੁੰਦਾ ਜੀ ਜ਼ਮੀਨ ਵਧੀਆ ਹੁੰਦੀ ਆ ਅਤੇ ਲਾਗੇ ਨਾ ਖਤਰਨਾਕ ਹੁੰਦਾ, ਜਿੱਦਾਂ ਕੋਈ ਰੋਈ ਲੰਘਦੀ ਹੁੰਦੀ ਆ ਜੀ, ਜਾਂ ਕੋਈ ਕੋਈ ਹੋਰ ਆਪਾਂ ਮੰਨ ਲਓ ਕਹਿ ਦਿੰਦੇ ਸੂਆ ਲੰਘਦਾ, ਕੋਈ ਲੰਘਦੀ ਆ ਲਾਗੂ ਦੀ, ਇੱਦਾਂ ਕਰਕੇ ਜੀ ਉਹ ਫਿਰ ਖਤਰਨਾਕ ਹੋ ਜਾਂਦੀ ਉੱਥੇ ਨਾ ਜੀ, ਜ਼ਹਿਰੀਲੀਆਂ ਚੈਆਂ ਬੜੀਆਂ ਹੁੰਦੀਆਂ, ਸੱਪ ਬਹੁਤ ਰਕਮਾਂ ਦੇ ਆ ਜੀ। ਇੱਕ ਲਾਗੇ ਹੁੰਦੀ ਆ ਖੋ, ਖੋ ਜਿਹੜੀ ਉਹ ਬਹੁਤ ਵਿਚਕਾਇਓ ਜਿਣਸ ਨੂੰ ਨੁਕਸਾਨ ਕਰਦੀ ਆ ਜੀ, ਝੋਨੇ ਕਣਕ ਨੂੰ, ਉਹ ਤਾਂ ਮੰਨ ਲਓ ਇੱਥੋਂ 10 ਕਿਲੋਮੀਟਰ ਹਟਵੀਂ ਵੀ ਕੋਈ ਨਹਿਰ ਹੋਵੇ ਜਾਂ ਹੱਥ ਹੋਵੇ ਤਾਂ ਤਾਂ ਵੀ ਉਹ ਇੱਥੋਂ ਤਾਂ ਹੀ ਮਾਰ ਕਰਦੀ। ਸਭ ਤੋਂ ਮੈਨੂੰ ਇਹ ਵਧੀਆ ਚੰਗਾ ਲੱਗਾ ਜੀ, ਜਿਹੜਾ ਜ਼ਮੀਨ ਦੇ ਨਾਲ ਛੜਕਿਆ ਕੋਈ ਨੁਕਸਾਨ ਨਹੀਂ ਗਾ, ਜ਼ਮੀਨ ਲੈਣ ਦਾ ਇੱਥੇ ਇਹ ਫਾਇਦਾ ਜੀ, ਇੱਥੋਂ 4 ਕਿਲੋਮੀਟਰ ਪਿੰਡ ਆ ਮਲੀਆਂ, ਉਹਦੇ ਵਿੱਚ ਮੰਡੀ ਆ, ਹਸਪਤਾਲ ਵੀ ਆ ਜੀ। ਮੈਂ ਵੇਖ ਕੇ ਬੜਾ ਹੀ ਖੁਸ਼ ਹਾਂ ਵੀ ਜੇ ਕੋਈ ਬਾਹਰੋਂ ਆਣ ਕੇ ਬਵੇ ਤੇ
हर एक सहूलत इतने हैगी है जी नेरे सवेरे की। बाकी जिहड़े वीर ने वीर हुणां नंबर दे दित्ते वध तों वध वीडियो नूं जिहड़ा शेयर कर दिओ तां जो कोई भी जमीन लैण दा चाहवान होवे संपर्क कर सकदा।